ईमान ने पाया लेकिन उन्हें मोती का प्रचार किया जेडे चेले सन और जरा जेल बंदिया बापू आसाराम जरा अपने दरबार लाता सी हजारों लख लोग आते सन चेले धी घरवाली कार चला के औरतों देखती है सोहनी कुड़ी केड़ी है जेडी लड़की सोहनी होवे खूबसूरत होवे आसाराम की धी ਉਹਨੂੰ ਆਪਣੀ ਕਾਰ 'ਚ ਬਿਠਾ ਕੇ ਰਾਤ ਨੂੰ ਆਸਾ ਰਾਮ ਦੇ ਕਮਰੇ ਵਿੱਚ ਛੱਡ ਕੇ ਆਉਂਦੀ ਸੀ ਤਾਂ ਕਿ ਮੇਰਾ ਬਾਪ ਉਸ ਕੁੜੀ ਨਾਲ ਬਲਾਤਕਾਰ ਕਰ ਸਕੇ ਕੁੜੀ ਨਾਲ ਰਾਤ ਕੱਟ ਸਕੇ ਇਹ ਮੈਂ ਕਹਿ ਰਿਹਾ ਹਿੰਦੁਸਤਾਨ ਦੀ ਅਦਾਲਤਾਂ ਕਹਿ ਰਹੀਆਂ ਉਹਦੀ ਜ਼ਮਾਨਤ ਨਹੀਂ ਹਾਲੇ ਹੋਈ ਹਾਲੇ ਵੀ ਉਹਦੇ ਚੇਲੇ ਟੀ ਵੀ 'ਤੇ ਪ੍ਰਚਾਰ ਕਰਦੇ ਆ ਸਾਡਾ ਗੁਰੂ ਤਾਂ ਬੇਕਸੂਰਾ ਆ ਉਸ ਬੇਈਮਾਨ ਨੇ ਲੋਕਾਂ ਦੀਆਂ ਜਵਾਨ ਧੀਆਂ ਬਰਬਾਦ ਕੀਤੀਆਂ ਬੇਈਮਾਨ ਨੇ ਉਹਦੇ ਮੁੰਡੇ ਨੇ ਕੀਤੀਆਂ ਲੋਕੀ ਜਾਣਦੇ ਆ ਲੇਕਿਨ ਉਹਨੇ ਵੀ ਮੋਦੀ ਦੇ ਹੱਕ ਦਾ ਪ੍ਰਚਾਰ ਕੀਤਾ ਉਹਨੇ ਮੋਦੀ ਨੂੰ ਵੋਟਾਂ ਪਵਾਈਆਂ ਦੂਰ ਨਾ ਜਾਓ ਪੰਜਾਬ ਦੇ ਬਾਦਲ ਨੇ ਉਹਨੂੰ ਵੋਟਾਂ ਪਵਾਈਆਂ ਜਿਹੜਾ ਬਾਦਲ ਭ੍ਰਿਸ਼ਟਾਚਾਰ ਦੇ ਨਾਲ ਰੱਜਿਆ ਪਿਆ ਜਿਸ ਬੇਈਮਾਨ ਦੇ ਸੱਤ ਜੀ ਪਰਿਵਾਰ ਦੇ ਪਾਰਲੀਮੈਂਟ ਦੇ ਜਾਂ ਅਸੈਂਬਲੀ ਦੇ ਮੈਂਬਰ ਆ ਤੇ ਉਹ ਨਾਲ ਮੰਤਰੀ ਆ ਜਦੋਂ ਇਹ ਪੰਜਾਬ ਆ ਤੁਸੀਂ ਪੰਜਾਬੀਓ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੰਜਾਬੀਓ ਅਸੀਂ ਸਿਆਣੇ ਹੁੰਦੇ ਬਾਦਲ ਮੰਤਰੀ ਉਹਦਾ ਮੁੰਡਾ ਮੰਤਰੀ ਮੁੰਡੇ ਦਾ ਸਾਲਾ ਮੰਤਰੀ ਬਾਦਲ ਦਾ ਜਵਾਈ ਮੰਤਰੀ ਫਿਰ ਉਸ ਤੋਂ ਬਾਅਦ ਬਾਦਲ ਦੀ ਨੂੰਹ ਮੰਤਰੀ ਬਾਦਲ ਦਾ ਕੁੜ ਮੰਤਰੀ ਇਹ ਕੋਟ ਟੱਬਰ ਦੇ ਮੰਤਰੀ ਸਾਨੂੰ ਤਾਂ ਅਰਦਾਸਾਂ ਵਿੱਚ ਸਿੱਖਿਆ ਜੇ ਮਿਲਦਾ ਭਗਤ ਸਿੰਘ ਦੇ ਪਰਿਵਾਰ ਦੀਆਂ ਤਿੰਨ ਕੁੱਲਾਂ ਲੋਕਾਂ ਵਾਸਤੇ ਲੜਦੀਆਂ ਮਰ ਗਈਆਂ ਉਹਦਾ ਬਾਪ ਲੜਦਾ ਰਿਹਾ ਉਹਦਾ ਚਾਚਾ ਲੜਦਾ ਰਿਹਾ ਭਗਤ ਸਿੰਘ ਲੜਦਾ ਰਿਹਾ ਗੁਰੂ ਗੋਬਿੰਦ ਸਿੰਘ ਦੇ ਚਾਰ ਬੱਚੇ ਸ਼ਹੀਦ ਹੋਏ ਉਹਨਾਂ ਦੀ ਮਾਤਾ ਸ਼ਹੀਦ ਹੋਈ ਉਹਨਾਂ ਦਾ ਪਿਤਾ ਦਿੱਲੀ ਜਾ ਕੇ ਚਾਂਦਨੀ ਚੌਕ ਵਿੱਚ ਫਾਂਸੀ ਦਾ ਰਸਤਾ ਚੁਣ ਗਿਆ ਤੇ ਕਤਲ ਕਰ ਦਿੱਤੇ ਗਏ ਉੱਥੇ ਸ਼ਹੀਦ ਕਰ ਦਿੱਤੇ ਗਏ ਸਾਡਾ ਕਾਮਰੇਡ ਅੰਮ੍ਰਿਤਸਰ ਦਾ ਸੀ ਅੱਤਵਾਦ ਦੇ ਦਿਨਾਂ ਦੇ ਦੌਰਾਨ ਅੱਤਵਾਦੀਆਂ ਨੇ ਹਮਲਾ ਕਰਕੇ ਉਸ ਕਾਮਰੇਡ ਦੀ ਘਰਵਾਲੀ ਤੇ ਕਾਮਰੇਡ ਦੀ ਬੱਚਾ ਮਾਰ ਦਿੱਤਾ ਤੇ ਨੂੰਹ ਨੂੰ ਕਰ ਦਿੱਤਾ ਜ਼ਖਮੀ ਉਹ ਕਾਮਰੇਡ ਤਰਲੋਚਨ ਸਿੰਘ ਸੀ ਨਾ ਉਹਦਾ ਅਖਬਾਰਾਂ ਵਾਲੇ ਮਿੱਤਰ ਉਹਦੇ ਕੋਲ ਗਏ ਕਹਿਣ ਲੱਗੇ ਤਰਲੋਚਨ ਸਿੰਘ ਕਾਮਰੇਡ ਆ ਅੱਤਵਾਦੀ ਤੇਰੀ ਧਰਮ ਪਤਨੀ ਮਾਰ ਗਿਆ ਤੇਰਾ ਮੁੰਡਾ ਮਾਰ ਗਿਆ ਤੇਰੀ ਨੂੰਹ ਨੂੰ ਜ਼ਖਮੀ ਕਰ ਗਿਆ ਤੇਰਾ ਕੀ ਵਿਚਾਰ ਆ ਉਹ ਯੋਧੇ ਨੇ ਜਵਾਬ ਦਿੱਤਾ ਕਹਿੰਦਾ ਪੰਜਾਬ ਦੇ ਵਿੱਚ ਤਾਂ ਚਾਰ ਪੁੱਤ ਵਾਰਨ ਦਾ ਰਿਵਾਜ ਆ ਹਾਲੇ ਮੇਰੇ ਤਾਂ ਦੋ ਦੀ ਵਾਰੀ ਆਈ ਆ ਹਾਲੇ ਦੋਹਾਂ ਦੀ ਕਸਰ ਬਾਕੀ ਆ ਮੈਂ ਪੰਜਾਬ ਦੇ ਵਿੱਚ ਚਾਰ ਬੱਚੇ ਆਪਣੇ ਵਾਰਨੇ ਚਾਹਾਂਗਾ ਇਹ ਆ ਪੰਜਾਬ ਦਾ ਇਤਿਹਾਸ ਲੇਕਿਨ ਬਾਦਲ ਵਰਗਾ ਬੰਦਾ ਜਿਹਨੇ ਆਪਣੇ ਟੱਬਰ ਨੂੰ ਰਜਾ ਲਿਆ ਲੋਕਾਂ ਦੇ ਪੁੱਤਾਂ ਨੂੰ ਨਸ਼ਈ ਬਣਾ ਦਿੱਤਾ ਉਹਦੇ ਮੁੰਡੇ ਦਾ ਸਾਲਾ ਨਸ਼ਿਆਂ ਦਾ ਧੰਦਾ ਕਰਨ ਵਾਲਾ ਮੈਂ ਬਾਰ ਬਾਰ ਕਹਿੰਦਾ ਉਹਦੇ ਮੰਤਰੀ ਨਸ਼ਿਆਂ ਦਾ ਧੰਦਾ ਕਰਨ ਵਾਲੇ ਆ ਪੰਜਾਬ ਦੇ ਲੋਕਾਂ ਨੇ ਦੂਜੀ ਵਾਰ ਉਹਨੂੰ ਮੰਤਰੀ ਬਣਾ ਦਿੱਤਾ